ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਔਰਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਬੇਸ਼ੱਕ ਸਰਕਾਰਾਂ ਵੱਲੋਂ ਮਹਿਲਾਵਾਂ ਦੇ ਮੁੱਦੇ ਤੇ ਵਿਸ਼ੇਸ਼ ਪੁਲਿਸ ਦਸਤੇ ਬਣਾਏ ਗਏ, ਕਮਿਸ਼ਨ ਬਣਾਏ ਗਏ, ਕਾਨੂੰਨ ਇਸ ਢੰਗ ਦੇ ਬਣਾਏ ਗਏ ਕਿ ਸਖਤੀ ਨਾਲ ਜਾਤੀਆਂ ਨੂੰ ਰੋਕਿਆ ਜਾ ਸਕੇ। ਇਹਦੇ ਬਾਵਜੂਦ ਵੀ ਅੱਜ ਦੇ ਦੌਰ 'ਚ ਜਿਹੜੀ ਕੋਈ ਔਰਤ ਹੈ ਉਹ ਸੁਰੱਖਿਅਤ ਆਪਣੇ ਆਪ ਨੂੰ ਕਿਉਂ ਮਹਿਸੂਸ ਕਰਦੀ ਹੈ? ਮੁਕਤਸਰ ਵਰਗੀ ਪਵਿੱਤਰ ਧਰਤੀ ਦਿਨ ਦਿਹਾੜੇ ਇੱਕ ਨਾਬਾਲਗ ਕੁੜੀ ਜਿਹੜੀ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੋਵੇ ਉਸ ਨੂੰ ਘਸੀਟ ਕੇ ਬਾਜ਼ਾਰ 'ਚੋਂ ਲਿਜਾਇਆ ਜਾਏ ਔਰ ਉਹਦੇ ਨਾਲ ਰੇਪ ਕੀਤਾ ਜਾਏ। ਇਸੇ ਤਰੀਕੇ ਦੇ ਨਾਲ ਸੰਗਰੂਰ ਦੇ ਅੰਦਰ ਇੱਕ ਪੜ੍ਹੀ ਲਿਖੀ ਅਧਿਆਪਕਾ, ਉਸ ਵੱਲੋਂ ਪ੍ਰੈਸ ਨੋਟ ਜਿਹੜਾ ਆਪਣਾ ਸੁਇਸਾਈਡਲ ਨੋਟ ਜਿਹੜਾ ਛੱਡਿਆ ਗਿਆ ਉਹਦੇ 'ਚ ਕਿਹਾ ਗਿਆ ਕਿ ਮੇਰੀ ਸੱਸ ਵੱਲੋਂ ਜ਼ਿਆਦਾ ਕੀਤੇ ਜਾਣ ਕਾਰਨ ਮੈਂ ਫਾਹਾ ਲੈ ਰਹੀ ਹਾਂ। ਅਕਸਰ ਹੀ ਇਹੋ ਜਿਹੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਕਿ ਪਤੀਆਂ ਵੱਲੋਂ ਆਪਣੀਆਂ ਬੀਵੀਆਂ 'ਤੇ ਕਿਸ ਤਰ੍ਹਾਂ ਦੀਆਂ ਜ਼ਿਆਦਾ ਕੀਤੀਆਂ ਜਾਂਦੀਆਂ, ਔਰ ਇਹੋ ਜਿਹੇ ਭਾਵੇਂ ਕੇਸ ਵੀ ਹੁੰਦੇ ਹੈ ਕਿ ਕਈ ਮੁਟਿਆਰਾਂ ਜਿਹੜੀਆਂ ਆਪਣੇ ਪਤੀਆਂ ਨੂੰ ਸਾਲਾਂ ਬੱਧੀ ਉਡੀਕਦੀਆਂ ਰਹਿੰਦੀਆਂ, ਜਿਨ੍ਹਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ। ਇਸ ਤਰ੍ਹਾਂ ਬਹੁਤ ਸਾਰੇ ਮੁੱਦੇ ਆ, ਮੈਂ ਕਿਹਨਾਂ ਕਿਹਨਾਂ ਦੀ ਸ਼ੁਰੂ ਦੇ ਵਿੱਚ ਚਰਚਾ ਕਰਾਂ। ਇਹਨਾਂ ਸਾਰੇ ਮਾਮਲਿਆਂ 'ਤੇ ਵਿਸ਼ੇਸ਼ ਬਹਿਸ ਦੇ ਵਿੱਚ ਆਉਣ ਦੇ ਲਈ ਮੈਂ ਬੀਬੀ ਪਰਮਜੀਤ ਕੌਰ ਲਾਂਡਰਾਂ, ਜਿਹੜੇ ਕਿ ਹਿਊਮਨ ਕਮਿਸ਼ਨ ਦੇ ਚੇਅਰਪਰਸਨ ਨੇ, ਇਸੇ ਤਰੀਕੇ ਨਾਲ ਸਾਡੇ ਨਾਲ ਨੇ ਸਾਬਕਾ DGP AP ਪਾਂਡੇ, ਤੀਜੇ ਸਾਡੇ ਨਾਲ ਮਹਿਮਾਨ ਸੁਖਦੀਪ ਕੌਰ SG ਦੇ ਅਸਿਸਟੈਂਟ ਐਡੀਟਰ। ਮੈਂ ਤਿੰਨੇ ਹੀ ਮਹਿਮਾਨਾਂ ਨੂੰ ਵੈਲਕਮ ਕਰਦਾ, ਜੀ ਹਾਂ ਆਖਦਾ। ਮੈਡਮ ਲਾਂਡਰਾਂ ਜੀ, ਜਦੋਂ ਆਪਾਂ ਇਸ ਮੁੱਦੇ 'ਤੇ ਗੱਲ ਕਰਦੇ ਹਾਂ ਤਾਂ ਖਾਸ ਤੌਰ 'ਤੇ ਜਿਹੜੀ ਇਹ ਮੈਂ ਸ਼ੁਰੂ 'ਚ ਚਰਚਾ 'ਚ ਲੈ ਕੇ ਆਉਂਦਾ ਕਿ ਔਰਤਾਂ ਜਿਹੜੀਆਂ ਹੈਗੀਆਂ ਬਾਵਜੂਦ ਇੰਨਾ ਸਿਸਟਮ ਬਣਨ ਦੇ ਜਿਹੜਾ ਹੈਗਾ ਆਪਣੇ ਆਪ ਨੂੰ ਅਨਸੇਫ ਕਿਉਂ ਮਹਿਸੂਸ ਕਰਦੀਆਂ? ਇਹਦਾ ਮੈਂ ਮੇਨ ਕਾਰਨ ਤਾਂ ਇਹ ਸਮਝਦੀ ਹਾਂ ਕਿ ਬਿਨਾਂ ਸ਼ੱਕ ਅਸੁਰੱਖਿਅਤ ਤਾਂ ਔਰਤ ਸ਼ੁਰੂ ਤੋਂ ਹੀ ਹੈ, ਸਦੀਆਂ ਤੋਂ ਹੀ ਆਪਾਂ ਦੇਖ ਸਕਦੇ ਹਾਂ। ਪਰ ਪਹਿਲਾਂ ਥੋੜ੍ਹਾ ਜਿਹਾ ਜਿਵੇਂ ਜ਼ੁਰਮ ਦੀ ਆਪਾਂ ਗੱਲ ਕਰ ਸਕਦੇ ਹਾਂ, ਜੋ ਸਾਡਾ ਸਮਾਜਿਕ ਸਿਸਟਮ ਹੈ ਉਹਦੇ 'ਚ ਜ਼ਿਆਦਾਤਰ ਖਾਸ ਕਰਕੇ ਇੰਡੀਅਨ ਸਿਸਟਮ ਔਰ ਪੰਜਾਬੀ ਸਿਸਟਮ ਦੀ ਗੱਲ ਕਰੀਏ ਤਾਂ ਔਰਤਾਂ ਇੱਕ ਘਰੇਲੂ ਔਰਤ ਦੇ ਤੌਰ 'ਤੇ ਵਿਚਰਦੀਆਂ ਰਹੀਆਂ ਨੇ, ਬਾਹਰ ਕੰਮ ਕਾਜੀ ਔਰਤਾਂ ਦੀ ਗਿਣਤੀ ਬਹੁਤ ਘੱਟ ਸੀ। ਹੁਣ ਇੱਕ ਕਾਰਨ ਤਾਂ ਮੈਂ ਇਹ ਵੀ ਸਮਝਦੀ ਹਾਂ ਕਿ ਜਿਉਂ ਜਿਉਂ ਔਰਤ ਨੂੰ ਮੌਕੇ ਮਿਲੇ ਨੇ, ਔਰ ਬਹੁਤ ਚੰਗੀ ਗੱਲ ਹੈ ਕਿ ਔਰਤਾਂ ਨੂੰ ਪਰਿਵਾਰ ਵੱਲੋਂ ਵੀ ਔਰ ਸਮਾਜ ਵੱਲੋਂ ਵੀ ਆਪਣੇ ਆਪ ਨੂੰ ਪ੍ਰਫੁੱਲਤ ਕਰਨ ਦੇ ਵੱਖ ਵੱਖ ਬਾਹਰ ਵਧਣ ਦਾ ਮੌਕਾ ਮਿਲਿਆ, ਅਤੇ ਜਿੰਨਾ ਜ਼ਿਆਦਾ ਐਕਸਪੋਜ਼ਰ ਹੋ ਰਿਹਾ ਉਸੇ ਹਿਸਾਬ ਦੇ ਨਾਲ ਉਹਨੂੰ ਕ੍ਰਾਈਮ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਸੋ ਇੱਕ ਕਾਰਨ ਤਾਂ ਇਹ ਵੀ ਹੈ। ਦੂਸਰਾ, ਜੇਕਰ ਆਪਾਂ ਇਹ ਕਹੀਏ ਕਿ ਕਾਨੂੰਨਾਂ ਦੀ ਘਾਟ ਹੈ, ਇਸ ਗੱਲ ਨਾਲ ਮੈਂ ਕਦੇ ਵੀ ਸਹਿਮਤ ਨਹੀਂ ਹੁੰਦੀ। ਹਰ ਇੱਕ ਛੋਟੇ ਛੋਟੇ ਇਸ਼ੂ ਨੂੰ ਵੀ ਕਾਨੂੰਨ ਦੇ ਦਾਇਰੇ 'ਚ ਲਿਆਉਣ ਦੀਆਂ ਗੱਲਾਂ ਜਿਹੜੀਆਂ ਸਰਕਾਰਾਂ ਨੇ, ਚਾਹੇ ਉਹ ਆਪਾਂ ਸੈਂਟਰ ਗੌਰਮੈਂਟ ਦੀ ਗੱਲ ਕਰ ਲਈਏ, ਪਾਰਲੀਮੈਂਟ ਦੀ, ਜਾਂ ਸਟੇਟ ਦੀਆਂ ਵਿਧਾਨ ਸਭਾਵਾਂ ਦੀ, ਪਰ ਕਿਤੇ ਨਾ ਕਿਤੇ ਮੈਂ ਇਸ ਗੱਲ ਦਾ ਦੋਸ਼ ਜ਼ਰੂਰ ਦੇਵਾਂਗੀ ਕਿ ਜਿਨ੍ਹਾਂ ਨੇ ਔਰਤਾਂ ਨੂੰ ਸੁਰੱਖਿਅਤ ਕਰਨਾ ਹੈ, ਜਿਹੜੇ ਕਾਨੂੰਨਾਂ ਨੂੰ ਲਾਗੂ ਕਰਨਾ, ਜਿਹੜੀਆਂ ਏਜੰਸੀਜ਼ ਨੇ, ਚਾਹੇ ਪੁਲਿਸ ਦੀ ਗੱਲ ਕਰ ਲਈਏ, ਚਾਹੇ ਜੁਡੀਸ਼ੀਅਲ ਸਿਸਟਮ ਦੀ ਗੱਲ ਕਰ ਲਈਏ, ਉੱਥੇ ਕਿਤੇ ਨਾ ਕਿਤੇ ਜਿਹੜੀ ਇੱਕ ਘਾਟ ਨਜ਼ਰ ਆਉਂਦੀ ਹੈ ਜੀ, ਇੱਕ ਇੱਛਾ ਸ਼ਕਤੀ ਦੀ ਘਾਟ ਉਸ ਚੀਜ਼ ਨੂੰ ਇੰਪਲੀਮੈਂਟ ਕਰਨ ਦੀ, ਉਹ ਜ਼ਰੂਰ ਦੋਸ਼ੀ ਹੈ ਅਤੇ ਉੱਥੇ ਸਾਨੂੰ ਸੁਧਾਰ ਦੀ ਗੁੰਜਾਇਸ਼ ਵੀ ਔਰ ਸੁਧਾਰ ਕਰਨੇ ਵੀ ਪੈਣੇ। ਓਕੇ ਬੀਬਲ ਲਾਂਡਰਾਂ ਜੀ, ਮੈਂ ਇਸ ਮੁੱਦੇ 'ਤੇ ਦੌਰਾ ਆਉਣਾ। ਪਾਂਡੇ ਜੀ, ਤੁਹਾਡਾ ਬੜਾ ਲੰਬਾ ਤਜਰਬਾ ਹੈ ਪੁਲਿਸ ਦੇ ਵਿੱਚ ਕੰਮ ਕਰਨ ਦਾ, ਖਾਸ ਤੌਰ 'ਤੇ ਜਦੋਂ ਮੈਂ ਇਹ ਕਮੈਂਟ ਕਰ ਰਿਹਾ ਸੀ ਕਿ ਵੀ ਸਰਕਾਰ ਵੱਲੋਂ ਮਹਿਲਾ ਦਸਤੇ ਬਣਾਏ ਗਏ ਕਿ ਵੀ ਲੜਕੀਆਂ ਨੂੰ, ਔਰਤਾਂ ਨੂੰ ਪ੍ਰੋਟੈਕਸ਼ਨ ਦੇਣੀ ਹੈ, ਇਹਦੇ ਬਾਵਜੂਦ ਵੀ ਜਿਹੜਾ ਔਰਤਾਂ 'ਤੇ ਜ਼ੁਲਮ ਹੈ ਉਹ ਰੁਕ ਕਿਉਂ ਨਹੀਂ ਰਹੇ? ਸਿੱਧੂ ਜੀ, ਜਿਹੜਾ ਸਾਡਾ ਮਾਇੰਡ ਸੈੱਟ ਹੈ ਇਹ ਔਰਤਾਂ ਨਾਲ ਜਾਤੀਆਂ ਪਹਿਲੇ ਵੀ ਹੁੰਦੀ ਰਹੀ, ਹੁਣ ਵੀ ਹੋ ਰਹੀ ਹੈ। ਹੁਣ ਮੀਡੀਆ, ਪ੍ਰਿੰਟ, ਇਲੈਕਟ੍ਰੋਨਿਕ ਮੀਡੀਆ ਐਕਸਪੋਜ਼ਰ ਪਹੁੰਚ ਜ਼ਿਆਦਾ ਹੈ, ਇਹ ਸਭ ਜ਼ਿਆਦਾ ਸਾਹਮਣੇ ਆਉਂਦਾ ਹੈ। ਓਕੇ, ਪਰ ਜਿਹੜਾ ਇਤਨਾ ਸਭ ਬਾਵਜੂਦ ਬੰਦੋਬਸਤ ਹੋਣ ਦੇ, ਵਿਮੈਨ ਕਮਿਸ਼ਨ, ਵਿਮੈਨ ਦਸਤਾ, ਇਤਨੇ ਸਾਰੇ ਕਾਨੂੰਨ ਛੋਟੇ ਬੜੇ ਬਣਾਏ ਜਾਂਦੇ, ਪਰ ਇਹਦੇ ਵਿੱਚ ਪੋਲੀਟੀਕਲ ਵਿਲ ਔਰ ਪੋਲੀਟੀਕਲ ਇਮਾਨਦਾਰੀ ਬਿਲਕੁਲ ਨਹੀਂ। ਵਿਮੈਨ ਕਮਿਸ਼ਨ ਬਣਾਇਆ, ਟੂਥਲੈਸ ਹੋਗਾ ਜ਼ਰੂਰ, ਮੈਡਮ ਨੂੰ ਜ਼ਿਆਦਾ ਪਤਾ ਹੋਗਾ, ਇਹ ਕੁਛ ਇਨਫੋਰਸ ਨਹੀਂ ਕਰ ਸਕਦੇ। ਕਾਨੂੰਨ ਪੁਲਿਸ ਦਾ ਹਾਲ ਇਹ ਹੈ ਕਿ ਉਹਨੂੰ ਤੋਂ ਫੰਕਸ਼ਨ ਹੀ ਨਹੀਂ ਕਰਨ ਦੇਤਾ ਸਾਡਾ ਪੋਲੀਟੀਕਲ ਸਿਸਟਮ। ਓਕੇ, ਹਰ ਤੁਸੀਂ ਜਿੰਨੇ ਕੇਸਿਸ 'ਚ ਪੜ੍ਹਦੇ ਹੋ ਪਤਾ ਚੱਲਦਾ, ਇਹ ਬੰਦਾ ਇਹ BJP ਦਾ ਸੀ, ਅਭੀ ਹਰਿਆਣਾ ਦਾ ਤੁਸੀਂ ਪੜ੍ਹਾ ਹੋਏਗਾ, ਉਹਨੂੰ ਜੀ ਪ੍ਰੋਟੈਕਸ਼ਨ ਹੋ ਰਹੀ ਹੈ, ਇਹ ਅਕਾਲੀ ਨਾਲ ਜੁੜਿਆ ਸੀ, ਸੰਬੰਧ ਸੀ, ਇਸ ਲਈ ਪੁਲਿਸ ਠੀਕ ਸੇ ਕੰਮ ਨਹੀਂ ਕਰਦੀ। ਸਾਰੀ ਗੱਲ ਆ ਕੇ ਉੱਥੇ ਮੁੱਕ ਜਾਂਦੀ ਜਿੱਥੇ ਪੋਲੀਟੀਕਲ ਇੰਟਰਫੇਰੈਂਸ, ਸਾਰੇ ਸਿਸਟਮ ਰੁਕ ਜਾਂਦੇ। ਸਿਸਟਮ 'ਚ ਸਾਡੇ 'ਚ ਬਹੁਤ ਵੱਡਾ ਜਿਹੜਾ ਨੁਕਸ ਹੈਗਾ, ਜਿਹਦੇ ਕਰਕੇ ਜਿਹੜਾ ਹੈਗਾ ਸਾਰੇ ਸਿਸਟਮ ਰੱਖੇ ਜਾਂਦੇ, ਕੇਵਲ ਦਿਖਾਵੇ ਦੇ ਰਹੇ, ਉਹਨੂੰ ਇਨਫੋਰਸ ਨਹੀਂ ਕੀਤਾ ਜਾਂਦਾ।
नतीजा यह है कि टोटल फेल्योर पुलिस का जुडिशियल सिस्टम का, फिर अदालतों से जाने तो बाद दबाव करके उन्होंने समझौता कर लो जी, गवाह बैठ जाए जी, सो टोटल फेल्योर है। ओके पंडित जी, मैं इस मुद्दे पर आना, जो आप अदालतों की गल करते हैं तो देश की सर्वोच्च अदालत जोड़े है वो सब तो व्डे जो जज है अखा च भी हंझू है इस गल कि इन्ना प्रैशर है कि असी की इंसाफ दे दें। सुदीप, जो आप इस मुद्दे पर चर्चा च लैके आने कि जिस तरह दजातियां हो रही सिस्टम भी है, महिला दस्ते है, होर है सारा कुछ, तुम बीइंग ए जर्नलिस्ट जोड़ा है इन्ना कुछ कवर भी करते हो देखते हो, तुम इस मुद्दे पर की कहना चाहोगे? मैनू जहाँ तक लगता है कॉन्सपिरेसी ऑफ साइलेंस है, जिथे कोई भी लेडी दे नाल या लड़की दे नाल कोई चीज़ ऑनर, जब तक असी हर चीज़ ऑनर दे नाल जोड़ांगे तब तक माइंडसेट, जिवें इन्होंने बोलिया माइंडसेट जब तक चेंज नहीं होंदा, इट इज़ नॉट अबाउट ऑनर। यह चीज़ डिबेटेबल अगर कहा जाता है कि रेप विक्टिम का ना या उदा कुछ उदी पहचान या उदा पता सामने नहीं आना चाहिए, वो ठीक गल है, बट एक रेप विक्टिम दे नाल जो शेम अटैच्ड हैगी है, अगर वो परचा दर्ज करा जाती तो पुलिस जिस तरह के क्वेश्चन पूछती है, मी अगर वो कोर्ट जाती है तो कोर्ट जो पूछा जाता है, पूरा जो सिस्टम है वो फर्दर विक्टिमाइजेशन होता है, इट डजंट स्टॉप वो अगर कुछ हो जाए हादसा वो खाली एक सीरियल शुरू हो जाता है। नैक्सट पुलिस, कोर्ट, मीडिया, आई ऑलसो से मीडिया बिकॉज सानू एव जी चीज़ा दे सैल इन द मीडिया, अगर आई डोंट नो कि किन्ने लोगों को इहदे नाल सिंपथी होंदी है पढ़ते वक्त, आई थिंक इट्स मोर ऑफ सेंसेशनल वैल्यू व्हेन इट कम्स टू सच थिंग्स। सुखदीप, मैं तुहानू विचों टोक के कह रहा, साडा प्रोफेशन है, तुसीं असीं जर्नलिस्ट हैगे, मैनूं लगदा है कि कई बार असीं इस करके उस न्यूज़ नूं ज़्यादा एक्सपोज कर लैंदे हां कि असीं सोसाइटी च किन्ना ज़्यादा इहनूं सेंसलाइज़ कर सेंसेशनलाइज़ हो सकदा वे, ते किथे ना किथे जो पूरा सिस्टम हैगा इट हैज़ टू चेंज। जो तो घर बेटी होंगी है उस बेटी नूं तुसीं की एजुकेशन देंदे हो उन्ना ही इंपोर्टेंट है अपने बेटे नूं तुसीं की एजुकेशन देंदे हो। यस, बिल्कुल इशू है भी बलांडा जिदा इन्होंने गल की है, ये भी गल जुड़ती है कितना कितने जाके जिदा पांडे जी ने कहा कि भी जोड़ा है कोई भी सिस्टम है वो को पावर ज अधिकार इदा के नहीं दिते जाते, जिदा तुम कमीशन के चेयरपर्सन है तो जिद करके रिजल्ट नहीं निकलते। दूजी जी वी गल इन्होंने की है कि सारा सिस्टम जोड़ा है पोलिटिकलाइज हो गया, और पोलिटिकल होने के नाते जोड़ा किसी को कोई कांग्रेस न जुड़िया, कोई अकाली दल जुड़िया, कोई बीजेपी जुड़िया, एक्शन ही नहीं हो पा रहे। ये बिना शक इनू जे मैं डिनाई करा तो वह बहुत वड्डा वड्डी एक ज्यादती वाली गल होगी, ये चीज़ा हैगिया ने, पर किते ना किते सिस्टम नू स्ट्रोंग करन दी गल आ जांदी है, और सिस्टम नू स्ट्रोंग भी जे लोकां वल्लों आवाज़ आवे उहदी मैं एक उदाहरण दिंदी हाँ कि साडे च बहुत शक्ति आ, असीं चेंज कर सकदे हाँ। निर्भया कांड होया सी दिल्ली दा, ते उदों लोकां दी शक्ति, नौजवानां दी शक्ति उठी, किन्ने दिन उन्होंने जिमें सड़कों पर उतरे ने वो लोग, और वो इस गल च कामयाब हो गए कि बहुत सारे क्रिमिनल लॉज न पार्लीमेंट न अमेंड करना पे है, यानी जे लोग अवेयर होन ता वो जड़ियाँ आन ताइया ने उन्होंने समझ के उन्होंने खिलाफ आवाज़ उठाई होवे कट्ठे हो गए, एक बंदे की आवाज़ कोई नहीं सुनता, कितने ना कितने समाज की जिम्मेवारी। मैं बिल्कुल बिचों टो के इस इशू से संखेप जानना चाहूँगा, वो है कि जिदा तुम कहेंगे दिल्ली के निर्भया कांड की गल करते हैं, साढ़े भी इतने जोड़ा कुछ लोगों जिदा इदा बसों तो उतार के किया जाता है, जातियां की जाएँ, और बाद जो पावरफुल लोग है उन्होंने केसों दबाने की कोशिश करते हैं, लगता नहीं कि लोगों की आवाज़ को कुचलन की भी कोशिश की जाती है? नहीं होंदी है, नो डाउट होंदी है, पर कितने ना कितने वो बंदे कमजोर भी पैंदे देखे ने। मैं थोनू एक उदाहरण होर जरूर दवांगी, और उहदे च क्योंकि सच कई बार कौड़ा भी होंदा पर बोलना भी चाहिए। मेरे अपने कमीशन च पिछले दो तीन महीनों के दो तीन केस मेरे सामने अजिहे आए ने, चाहे वह कारण कोई भी होए होण, जिथे रेप दे केसिस ने, पर लड़की ने नहीं दस्सिया, लड़कियां दे मूँह तो यह गल आई है कि इन्होंने साढ़े तो 20 लाख रुपया लैके 25 लाख रुपया लेकर, और वो लड़कियां बाद च मनिया ने वह लैके उन्होंने समझौते किए ने, तो कोर्ट के जाके अपने बयान तो मुकरे ने। मतलब ये गल भी सानू देखनी पैनी है कि कितने ना कि आप सिर्फ ये गल सरकार या समाज से ना सीटी है, कितने ना कि असं खुद भी जोड़े विक्टम ने क्यों डरते हैं, असं क्यों लालच के आने हैं, जे असं इज्जत की गल करते हैं तो सानू उस चीज़ को अगे तक बिल्कुल एंड तक पहुँचाने की कोशिश कर जरूर, दोषी ने सानू अपने अंदर भी झात मारन की। ओके बीबल अंडे, थैंक यू वेरी मच। हम समय कि छोटी जी ब्रेक का, ब्रेक तो बाद आप इन्होंने मुद्दों से वापस आने। ग्लोबल पंजाब टीवी के दर्शकों का मुड़ एक बार स्वागत है। पांडे जी, जिस मुद्दे पर आप ब्रेक तो पहले चर्चा कर रहे थे, खास तौर पर जो जर्नलिस्ट संदीप ने इशू रेज किया भी कितने ना कितने ये पेरेंट्स भी सोसाइटी भी जिम्मेवार है कि जो जाति होंगी है असं उसे परदा पाने की कोशिश करते हैं, और पुलिस भी जोड़ा है
ਤੁਹਾਡਾ ਵੀ ਤਜਰਬਾ, ਕਈ ਘਟਨਾਵਾਂ ਸਾਹਮਣੇ ਆਈਆਂ ਹੋਣਗੀਆਂ ਕਿ ਜਦੋਂ ਉਹਨਾਂ ਕੋਲ ਕੇਸਿਸ ਆਉਂਦੇ ਆ ਤਾਂ ਉਹ ਵਾਪਸ ਭੇਜਦੇ ਆ ਕਿ ਤੁਸੀਂ ਜਾ ਕੇ ਅਗਰ ਸਮਝੌਤਾ ਹੁੰਦਾ ਤਾਂ ਕਰ ਲਓ। ਜਿੱਦਾਂ ਬੀਬਲ ਆਂਡਰਾ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਕਈ ਮੁੱਦਿਆਂ ਦੇ ਉੱਤੇ ਇਹ ਵੀ ਕਿਹਾ ਜਾਂਦਾ ਕਿ ਅਗਰ ਸੁਸਾਇਟੀ ਕੋਈ ਕਮਜ਼ੋਰ ਹੈ, ਵੀਕ ਹੈ, ਤਾਂ ਉਹਨੂੰ ਲੱਗਦਾ ਕਿਉਂਕਿ ਲੈਣ ਦੇਣ ਕਰਕੇ। ਤੁਸੀਂ ਬਿਲਕੁਲ ਸਹੀ ਕਹਿ ਰਹੇ ਸੁਖਦੀਪ ਜੀ ਨੇ ਜਿਹੜਾ ਕਿਹਾ ਕਿ ਵਿਮੈਨ ਦੇ ਨਾਲ ਕੋਈ ਜੈਤੀ ਹੋ ਤਾਂ ਉਹਨੂੰ ਅਸੀਂ ਆਨਰ ਨਾਲ ਜੋੜ ਲੈਂਦੇ, ਮੈਨ ਨਾਲ ਹੋਏ ਤਾਂ ਉਹਨੂੰ ਅਸੀਂ ਲੜਾਈ ਲੜਦੇ ਹਾਂ ਅੱਗੇ ਆ ਕੇ। ਔਰ ਇੱਥੋਂ ਤੱਕ ਕਿ ਮੈਂ ਕਿਧਰੇ ਦੇਖ ਰਿਹਾ ਸੀ ਸਟੇਟਿਸਟਿਕਸ ਕਿ ਬਹੁਤ ਕਮ, ਮੇ ਬੀ 1-2% ਕੇਸਿਸ ਜਿਹੜੇ ਹੈ ਪੁਲਿਸ ਤੱਕ ਪਹੁੰਚਦੇ ਨੇ, ਬਾਕੀ ਅੜੋਸ ਪੜੋਸ ਯਹਾਂ ਵਹਾਂ ਆਨਰ ਸੇ ਜੋੜ ਕੇ ਛੁਪਾਓ, ਇਹ ਕਰੋ, ਇਸ ਗੱਲ ਕਰਕੇ ਵੀ ਉਹਨੂੰ ਇਨਕਰੇਜਮੈਂਟ ਮਿਲਦੀ ਹੈ। ਦੂਸਰੀ ਗੱਲ, ਜਦੋਂ ਪੁਲਿਸ ਕੋਲ ਜਾਂਦਾ ਜੋ ਤੁਸੀਂ ਕਿਹਾ, ਪੁਲਿਸ ਵੀ ਕਹਿੰਦੀ ਜਾਓ ਜੀ ਸਮਝੌਤਾ, ਉਹ ਆਪਣੇ ਗੱਲੋਂ ਲਾਉਣ ਦੀ ਕੋਸ਼ਿਸ਼ ਕਰਦੀ ਕਿਉਂਕਿ ਕੌਣ ਸਿਰਦਰਦ ਲੇ। ਤੀਸਰੀ ਗੱਲ, ਬੀਬੀ ਲਾਂਡਰਾ ਨੇ ਹੁਣੇ ਹੀ ਦੱਸਿਆ ਨਿਰਭਯਾ, ਨਿਰਭਯਾ ਹੋਇਆ, ਬੜਾ ਸ਼ੋਰ ਮਚਿਆ, ਪਰ ਰੋਜ਼ ਨਿਰਭਯਾ ਹੋ ਰਿਹਾ ਜੀ, ਉਹਦਾ ਕੋਈ ਫਾਇਦਾ, ਕੋਈ ਅਸਰ ਨਹੀਂ ਹੋਇਆ। ਕਾਨੂੰਨ ਬਦਲਿਆ, ਹੱਲਾ ਗੁੱਲਾ ਹੋਇਆ, ਜਸਟਿਸ ਵਰਮਾ ਕਮਿਸ਼ਨ ਬੈਠਿਆ, ਉਹਨਾਂ ਨੇ ਰਿਕਮੈਂਡ ਕੀਤੀ ਸੋ ਮੈਨੀ ਰਿਕਮੈਂਡੇਸ਼ਨ, 10 ਸਾਲ ਇਹਦੀ ਸਜ਼ਾ, 20 ਸਾਲ ਉਹਦੀ ਸਜ਼ਾ, ਪਰ ਆਏ ਦਿਨ ਦਿੱਲੀ ਮੈਂ, ਅੰਮ੍ਰਿਤਸਰ, ਮੁਕਤਸਰ ਮੈਂ ਹੋਇਆ, ਸੰਗਰੂਰ ਹੋਇਆ, ਜਿੱਥੇ ਵੀ ਤੁਸੀਂ ਦੱਸ ਰਹੇ ਹੋ, ਪੂਰੇ ਹਿੰਦੁਸਤਾਨ 'ਚ ਨਿਰਭਯਾ ਹੋ ਰਿਹਾ, ਉਹਦਾ ਕੋਈ ਫਰਕ ਨਹੀਂ ਪਿਆ। ਕਿਉਂ? ਅਗੇਨ ਆਈ ਵਿਲ ਕਮ, ਆ ਇਨਫੋਰਸਮੈਂਟ ਦੀ ਸਾਡੀ ਵਿਲ ਨਹੀਂ, ਪੋਲੀਟੀਕਲ ਵਿਲ ਨਹੀਂ, ਦੈਨ ਇੱਕ ਵਾਰੀ ਪੁਲਿਸ ਔਰ ਜੁਡੀਸ਼ੀਅਰੀ ਕੋਲ ਚਲਾ ਜਾਏ, ਉੱਥੇ ਫੈਸਲਾ ਨਹੀਂ ਹੁੰਦਾ, ਅਦਾਲਤਾਂ 'ਚ ਲਟਕਾ ਹੈ, ਫਿਰ ਲੋਕੋਂ, ਤੁਸੀਂ ਪੜ੍ਹਿਆ ਹੋਏਗਾ, ਇੱਥੇ ਇੱਕ ਬੱਸ ਕਾਂਡ ਹੋਇਆ ਸੀ ਜਿੱਥੇ ਵਿਕਟਿਮ ਨੂੰ ਥ੍ਰੈਟ ਕਰਕੇ ਅਦਾਲਤਾਂ ਤੋਂ ਤੁਹਾਨੂੰ ਕੀ ਲੱਭਣਾ, 10 ਲੱਖ ਲੈ ਲਏ, ਉੱਥੇ ਕੁਛ ਨਹੀਂ ਲੱਭਣਾ। ਯੈਸ, ਇਹ ਜਦ ਤੱਕ ਹੈ, ਪੀਪਲ ਦੇ ਆਰ ਡੂਇੰਗ ਵਿਦ ਇੰਪਿਊਨਿਟੀ, ਲੋਕ ਇਹ ਕਰ ਰਹੇ ਹੈ, ਜਾਤੀਆਂ ਹੋ ਰਹੀਆਂ, ਉਸੀ ਰੇਟ 'ਤੇ ਉਨੇ ਹੋ ਰਹੇ। ਬਿਲਕੁਲ ਠੀਕ। ਤਾਂ ਮੈਂ ਇਹ ਕਹਿਣਾ ਕਿ ਜਦ ਤੱਕ ਪੋਲੀਟੀਕਲ ਇੰਟਰਫੇਰੈਂਸ ਐਂਡ ਕੁਇਕ ਜਸਟਿਸ, ਆਜ ਕੋਈ ਫੜਿਆ ਗਿਆ ਉਹਨੂੰ 10-20 ਦਿਨ ਮੈਂ ਉਸ, ਜਦੋਂ ਨਿਰਭਯਾ ਹੋਇਆ ਸੀ ਇੱਕ ਕੇਸ ਜੈਪੁਰ 'ਚ ਹੋਇਆ, 10 ਜਾਂ 15 ਦਿਨ ਮੈਂ ਇੱਕ ਜੱਜ ਨੇ ਉਹਨੂੰ ਕਨਵਿਕਟ ਕੀਤਾ, ਬਟ ਦੈਟ ਵਾਜ਼ ਅਗੇਨ ਅ ਸੋ ਪੀਸ। ਉਦੋਂ ਉਸ ਤੋਂ ਬਾਅਦ ਆਜ ਸਾਰੇ ਕੇਸਿਸ ਉਸੇ ਤਰੀਕੇ ਸੇ ਲਟਕੇ, ਕਿ ਲੱਗਦਾ ਕਿ ਉਦੋਂ ਇਨਸਾਫ ਦੇ ਵਿੱਚ ਜਿਹੜੀ ਹੈਗੀ ਰਹੀ। ਸਿੱਖਦੀਪ, ਇਹ ਵੀ ਗੱਲ ਜਿੱਦਾਂ ਪਾਂਡੇ ਜੀ ਕਹਿ ਰਿਹਾ ਕਿ ਜਦੋਂ ਇੱਦਾਂ ਦਾ ਜਿਹੜਾ ਬੈਡ ਐਲੀਮੈਂਟ ਹੈਗਾ, ਜਿਹੜਾ ਮਾੜਾ ਤੱਤ ਹੈਗਾ ਸਮਾਜ ਦੇ ਅੰਦਰ, ਉਹ ਕਿਤੇ ਪੁਲਿਸ ਜਾਂ ਸਰਕਾਰ ਦਾ ਉਹਨਾਂ ਨੂੰ ਖੌਫ ਨਹੀਂ ਹੈ ਜਾਂ ਕਿਤੇ ਉਹਨਾਂ ਨੂੰ ਉਹਨਾਂ ਦੀ ਪ੍ਰੋਟੈਕਸ਼ਨ ਹੈਗੀ ਹੈ, ਜਿਹਦੇ ਕਰਕੇ ਬਾਵਜੂਦ ਇੱਦਾਂ ਦੇ ਕੁਝ ਫੈਸਲੇ ਆਉਣ ਦੇ ਬਾਵਜੂਦ ਫਿਰ ਵੀ ਆਏ ਦਿਨ ਜਿਹੜਾ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ। ਉਹੀ ਜੋ ਸ਼ੁਰੂਆਤ ਕਿ ਮਿਲੀ ਭੁਗਤ ਵੀ ਹੈ ਜਿਹੜੀ ਕਿਤੇ ਨਾ ਕਿਸੇ ਕਿਸੇ ਐਲੀਮੈਂਟ ਦੇ ਕੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਪਾਉਂਦਾ, ਪੁਲਿਸ ਜਾਂ ਸਰਕਾਰ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੀ ਹੈ ਕਿਸੇ ਨਾ ਕਿਸੇ ਲੈਵਲ 'ਤੇ। ਦੇਖੋ, ਪੁਲਿਸ ਔਰ ਸਰਕਾਰ ਦੀ ਪ੍ਰੋਟੈਕਸ਼ਨ 'ਤੇ ਅਸੀਂ ਗੱਲ ਕਰ ਸਕਦੇ ਐਲੀਟ ਸੈਗਮੈਂਟ ਦੇ ਨਾਲ, ਜੋ ਲੋਕ ਪੈਸੇ ਵਾਲੇ ਨੇ, ਰੁਤਬੇ ਵਾਲੇ ਨੇ, ਇਹ ਕੀ ਕਲੋਨੀਆਂ 'ਚ ਨਹੀਂ ਹੁੰਦਾ ਪਿਆ ਕੁੜੀਆਂ ਦੇ ਨਾਲ, ਅਤੇ ਅਸੀਂ ਇਹਨੂੰ ਕਿਵੇਂ ਇੱਕ ਅਮੀਰ ਵਰਸਿਸ ਗਰੀਬ ਦੀ ਹੈ ਉਹ ਨਹੀਂ ਹੈਗੀ ਹੈ। ਅਮੀਰਾਂ 'ਚ ਵੀ ਹੁੰਦਾ ਪਿਆ, ਉਹਨਾਂ ਦੇ ਘਰ ਛੁਪ ਕੇ ਹੁੰਦਾ, ਇਨਸੈਸਟ ਦਾ ਰੇਟ ਹਾਈਐਸਟ ਅਮੀਰਾਂ 'ਚ ਹੁੰਦਾ ਵੇ, ਜੋ ਘਰ ਦੇ ਅੰਦਰ ਛੋਟੀ ਬੱਚੀਆਂ ਦੇ ਨਾਲ ਹੁੰਦਾ, ਆਪਣੇ ਪਰਿਵਾਰ ਦੇ ਲੋਕ ਜੋ ਕਰਦੇ ਨੇ, ਕਿ ਉਹ ਕ੍ਰਾਈਮ ਨਹੀਂ ਔਰਤ ਦੇ ਜਾਂ ਛੋਟੀ ਬੱਚੀਆਂ ਦੇ ਨਾਲ, ਉਹ ਪਰਦੇ ਦੇ ਅੰਦਰ ਹੁੰਦਾ। ਅਗਰ ਉਹੀ ਚੀਜ਼ ਅਗਰ ਤੁਹਾਡਾ ਕੋਈ ਦੂਜਾ, ਦੋ ਤਰ੍ਹਾਂ ਦੇ ਕੇਸਿਸ ਮੀਡੀਆ 'ਚ ਹਾਈਲਾਈਟ ਹੁੰਦੇ ਨੇ, ਇੱਕ ਤਾਂ ਬੜਾ ਹਾਈ ਪ੍ਰੋਫਾਈਲ ਕੇਸ ਹੋ ਜਾਏ ਜਾਂ ਬੜਾ ਹੀ ਬਾਰਬੇਰਿਕ ਹੋ ਜਾਏ, ਜਿਵੇਂ ਨਿਰਭਯਾ ਕੇਸ, ਮੇਰੇ ਖਿਆਲ ਨਾਲ ਨਿਰਭਯਾ ਵਾਜ਼ ਅ ਕੇਸ ਆਫ ਬਾਰਬੇਰਿਜ਼ਮ, ਦ ਸ਼ੋਕਿੰਗ ਡਿਟੇਲਸ ਸ਼ੋਕ ਦ ਨੇਸ਼ਨ, ਦੇ ਸ਼ੋਕ ਦ ਨੇਸ਼ਨ ਸਾਰੀ, ਬਿਲਕੁਲ ਹਾਂ। ਅਤੇ ਅਗਰ ਉਹ ਨਿਰਭਯਾ ਐਵੇਂ ਅਗਰ ਉਹਨੂੰ ਖਾਲੀ ਸੁੱਟਤਾ ਜਾਂਦਾ ਰੇਪ ਕਰਕੇ, ਸ਼ਾਇਦ ਇੰਨਾ ਨਿਊਜ਼ ਨਹੀਂ ਬਣਦਾ। ਜਿਸ ਤਰੀਕੇ ਨਾਲ ਉਹਦੇ ਨਾਲ ਹੋਇਆ, ਜੋ ਡਿਟੇਲਸ ਉਹਨੇ ਦਿੱਤੀਆਂ, ਉਹ ਨੇਸ਼ਨ ਦੀ ਕੌਂਸ਼ੀਅਸ ਨੂੰ ਸ਼ੋਕ ਕਰ ਗਈਆਂ, ਐਂਡ ਪੂਰਾ ਯੂਥ ਫੇਸਬੁੱਕ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਲੀ ਪਹੁੰਚ ਗਿਆ। ਹਾਂ, ਪਰ ਉਸ ਤੋਂ ਬਾਅਦ ਔਰ ਉਸ ਤੋਂ ਪਹਿਲਾਂ ਵੀ ਇਹ ਹੁੰਦਾ ਰਿਹਾ। ਦ ਪ੍ਰੋਬਲਮ ਇਜ਼ ਕਿ ਜਦ ਤੱਕ ਅਸੀਂ ਇਹ ਚੀਜ਼ ਨੂੰ, ਕਿਉਂ ਸਪੈਸ਼ਲ ਕੋਰਟਸ ਨਹੀਂ ਹੋ ਸਕਦੇ ਜਿੱਥੇ ਵਿਕਟਿਮ ਦੀ ਆਈਡੈਂਟੀ ਨਾ ਰਿਵੀਲ ਕੀਤੀ ਜਾਏ ਔਰ ਫਾਸਟ ਜਸਟਿਸ ਡਿਲੀਵਰ ਕੀਤੀ ਜਾਏ? ਵਾਈ ਕਾਂਟ ਦ ਲਾਅ ਚੇਂਜ ਇਨ ਇਟਸ ਵੈਰੀ ਬੇਸਿਕ ਰੂਟਸ, ਕਿ ਤੁਸੀਂ ਇੱਕ ਸਪੈਸ਼ਲ ਕੋਰਟ ਬਣਾਓ, ਇਹ ਹਰ ਇੱਕ ਵਿਕਟਿਮ ਨੂੰ ਪਤਾ ਹੋਵੇ, ਇੱਥੇ ਮੈਨੂੰ ਸਾਰੇ 10 ਲੋਕਾਂ ਦੇ ਸਾਹਮਣੇ ਬਿਆਨ ਨਹੀਂ ਦੇਣਾ, ਮੇਰੇ ਕੋਲ ਵਕੀਲ ਕੋਈ ਗਲਤ ਸਵਾਲ ਨਹੀਂ ਪੁੱਛ ਸਕਦਾ, ਜੋ ਪੁਲਿਸ ਦਾ ਵੀ ਬਿਆਨ ਹੋਣਾ, ਰਿਕਾਰਡਡ ਕੈਮਰਾ 'ਚ ਇੱਕ ਵੂਮਨ ਕਾਂਸਟੇਬਲ ਕਰੇਗੀ, ਅਗਰ ਸੀਕ੍ਰੇਸੀ ਮੇਨਟੇਨ ਕਰਨੀ ਹੈ, ਅਗਰ ਡਿਗਨਿਟੀ ਮੇਨਟੇਨ ਕਰਨੀ ਹੈ, ਤਾਂ ਇਸ ਤਰੀਕੇ ਨਾਲ ਵੀ ਕੀਤਾ ਜਾ ਸਕਦਾ। ਜਿੱਦਾਂ ਸਿੱਖਦੀ ਤੁਸੀਂ ਇਹ ਗੱਲ ਕਹਿ ਰਹੇ ਹੋ, ਮੈਂ ਇਹ ਥੋੜ੍ਹਾ ਜਿਹਾ ਵਾਧਾ ਇਹ ਵੀ ਕਰਨਾ ਚਾਹਾਂਗਾ, ਜੋ ਮੁਕਤਸਰ ਦੇ ਵਿੱਚ ਵਾਪਰਿਆ, ਇੱਕ ਦਲਿਤ ਪਰਿਵਾਰ ਦੀ ਲੜਕੀ ਸੀ,
ਲੱਗਦਾ ਕਿ ਜਿਹਨੇ ਉਹਦੇ ਨਾਲ ਜ਼ਿਆਦਤੀ ਕੀਤੀ ਉਹ ਸ਼ਾਇਦ ਕਿਸੇ ਚੰਗੀ ਕਲਾਸ ਨਾਲ ਸੰਬੰਧ ਰੱਖਦਾ ਸੀ। ਇੱਕ ਮਹੀਨਾ ਪੁਲਿਸ ਨੇ ਉਹਨੂੰ ਅਰੈਸਟ ਨਹੀਂ ਕੀਤਾ, ਜਦੋਂ ਬਹੁਤ ਜ਼ਿਆਦਾ ਰੌਲਾ ਪਿਆ ਜਾਂ ਮੀਡੀਆ 'ਚ ਆਇਆ ਤਾਂ ਉਸ ਤੋਂ ਬਾਅਦ ਇੱਕ ਜਾਂ ਦੋ ਦਿਨ ਹੋਏ ਆ ਉਸ ਨੂੰ ਅਰੈਸਟ ਕੀਤਾ ਗਿਆ। ਸੋ ਕਿਤੇ ਨਾ ਕਿਤੇ ਲੱਗਦਾ ਕਿ ਜਿਹੜੀ ਅਪਰ ਕਲਾਸ ਹੈਗੀ ਹੈ ਉਹਨੂੰ ਇਸ ਗੱਲ ਦੀ ਪ੍ਰੋਟੈਕਸ਼ਨ ਨਹੀਂ ਮਿਲਦੀ। ਅਰੈਸਟ ਵੀ ਹੋਇਆ ਜਦੋਂ ਸੀਸੀਟੀਵੀ ਫੁਟੇਜ ਮਿਲਦੀ ਹੈ ਜਾਂ ਕੋਈ ਪ੍ਰੂਫ ਹੁੰਦਾ ਵੇ, ਉਹ ਜਿਸ ਫਾਦਰ ਨੇ ਆਪਣੀ 7 ਮਹੀਨੇ ਦੀ ਬੇਟੀ ਦੇ ਨਾਲ ਜਿਹਦੇ ਹੱਥ ਕੱਟਦੇ ਨੇ ਉਹਨੇ ਅਕਿਊਜ਼ ਦੇ, ਅਗਰ ਇੰਨਾ ਹੀ ਸਾਡਾ ਸਿਸਟਮ ਸਕਸ਼ਮ ਹੋਏ ਤੇ ਫਿਰ ਇੱਕ ਫਾਦਰ ਨੂੰ ਐ ਕਰਨ ਦੀ ਲੋੜ ਨਹੀਂ। ਯੈਸ, ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ। ਬੀਬੀ ਲਾਂਡਰਾ, ਤੁਹਾਡਾ ਬੜਾ ਇਸ ਗੱਲ ਦੇ ਵਿੱਚ, ਬਹੁਤ ਸਾਰੇ ਕੇਸਿਸ ਵੀ ਤੁਹਾਡੇ ਕੋਲ ਆਉਂਦੇ ਆ ਬੀਂਗ ਏ ਚੇਅਰਪਰਸਨ, ਜਿਹੜਾ ਜਿਹਦਾ ਸੰਦੀਪ ਉਹਨਾਂ ਨੇ ਇੱਕ ਚੀਜ਼ ਰੇਜ਼ ਕੀਤਾ ਕਿ ਜੇ ਆਪਾਂ ਕਾਨੂੰਨ ਦੀ ਗੱਲ ਕਰਦੇ ਹਾਂ, ਜਿਹੜੀਆਂ ਕਾਨੂੰਨ ਦੀਆਂ ਪੇਚੀਦਗੀਆਂ, ਸਪੈਸ਼ਲ ਕੋਰਟਸ, ਇੱਦਾਂ ਦਾ ਹੋ ਕੇ ਇੱਕ ਔਰਤ ਨੂੰ ਜਾਂ ਇੱਕ ਲੜਕੀ ਨੂੰ ਇਸ ਗੱਲ ਦਾ ਭਰੋਸਾ ਹੋਏ ਕਿ ਬਈ ਮੈਂ ਜੋ ਕੁਝ ਦੱਸ ਰਹੀ ਹਾਂ ਇਹ ਬਾਹਰ ਨਹੀਂ ਜਾਏਗਾ, ਮੈਨੂੰ ਪ੍ਰੋਟੈਕਸ਼ਨ ਮਿਲੇਗੀ, ਕਿਤੇ ਲੱਗਦਾ ਜਦੋਂ ਲੋਕ ਤੁਹਾਡੇ ਅੱਗੇ ਆਉਂਦੇ ਆ, ਲੜਕੀਆਂ ਆਉਂਦੀਆਂ, ਔਰਤਾਂ ਆਉਂਦੀਆਂ, ਕਿਤੇ ਇਹ ਗੱਲਾਂ ਵੀ ਸਾਹਮਣੇ ਆਉਂਦੀਆਂ ਕਿ ਅਸੀਂ ਉਹਨਾਂ ਨੂੰ ਢੰਗ ਨਾਲ ਜਿਹੜੇ ਇਨਸਾਫ ਮਿਲਣਾ ਚਾਹੀਦਾ ਸੀ, ਕਾਨੂੰਨ ਉਹਦੇ ਤੋਂ ਕਿਤੇ ਬਹੁਤ ਪਿੱਛੇ ਚੱਲ ਰਿਹਾ। ਬਿਲਕੁਲ ਠੀਕ ਹੈ। ਇੱਕ ਜੇਕਰ ਜੁਡੀਸ਼ਰੀ ਦੀ ਗੱਲ ਕਰੀਏ ਤਾਂ ਇਹ ਤਾਂ ਤਕਰੀਬਨ ਹੈਗਾ, ਖਾਸ ਕਰਕੇ ਜਿਵੇਂ ਰੇਪ ਕੇਸਿਸ ਨੇ ਕਿ ਉਹ ਇਨ ਕੈਮਰਾ ਪ੍ਰੋਸੀਡਿੰਗ ਹੋਊਗੀ, ਉੱਥੇ ਸਿਰਫ ਕਿਉਂਕਿ ਕੁਛ ਚੀਜ਼ਾਂ ਨੇ ਜਿਹੜੀਆਂ ਜੇਕਰ ਅਸੀਂ ਕਿਸੇ ਚੀਜ਼ ਨੂੰ ਐਂਡ ਤੱਕ ਲੈ ਕੇ ਜਾਣਾ ਤਾਂ ਕੁਛ ਜਿਵੇਂ ਇਨਵੈਸਟੀਗੇਸ਼ਨ ਦੀ ਗੱਲ ਹੈ, ਹੋਰ ਉਹ ਜ਼ਰੂਰੀ ਹੁੰਦੀਆਂ ਨੇ ਕਿ ਕੁਛ ਸਵਾਲ ਪੁੱਛੇ ਜਾਣ ਪਰ ਡਿਗਨੀਫਾਈ ਵੇਅਰ ਨਾਲ ਪੁੱਛੇ ਜਾਣ ਅਤੇ ਉਹ ਲੜਕੀ ਬੇਡਰ ਹੋ ਕੇ ਉਹ ਗੱਲਾਂ ਦੱਸ ਸਕੇ ਜਿਹੜੀਆਂ ਉਹਦੇ ਨਾਲ ਵਾਪਰੀਆਂ ਨੇ। ਕੁਛ ਗੱਲਾਂ ਨੇ ਜਿਹੜੀਆਂ ਸੁਖਦੀਪ ਜੀ ਨਾਲ ਅਦਰਵਾਈਜ਼ ਮੈਂ ਸਹਿਮਤ ਹਾਂ ਕਿ ਇਹ ਚੀਜ਼ਾਂ, ਪਰ ਉਹਦਾ ਇੱਕ ਹੱਲ ਇਹ ਹੈ ਕਿ ਲੜਕੀ ਕਿਉਂਕਿ ਉਹ ਵਿਕਟਮ ਹੈ, ਇੰਨਾ ਜ਼ਿਆਦਾ ਟੁੱਟ ਚੁੱਕੀ ਹੈ ਅਤੇ ਉੱਪਰੋਂ ਇਸ ਤਰ੍ਹਾਂ ਦੇ ਸਵਾਲ ਜੇ ਪਬਲਿਕਲੀ ਪੁੱਛੇ ਜਾਣ ਆ ਮੇਲ ਔਫਿਸਰ ਵੱਲੋਂ ਪੁੱਛੇ ਜਾਣ ਤਾਂ ਹੋਰ ਟੁੱਟਦੀ ਹੈ। ਤਾਂ ਇੱਕ ਥੋੜ੍ਹਾ ਜਿਹਾ ਹਲੇ ਤੱਕ ਵੀ ਜਿਹੜਾ ਸਾਡੇ ਸਿਸਟਮ 'ਚ ਹਲੇ ਹੋ ਨਹੀਂ ਸਕਿਆ ਉਹ ਇਹ ਹੈ ਕਿ ਲੜਕੀ ਨੂੰ ਮੈਂਟਲੀ ਤੌਰ 'ਤੇ ਉਹਨੂੰ ਬਹੁਤ ਜ਼ਿਆਦਾ ਸਟਰੋਂਗ ਕਰਨ ਦੀ ਲੋੜ ਪੈਂਦੀ ਹੈ। ਕਾਊਂਸਲਿੰਗ ਦਾ ਸਿਸਟਮ ਜਿਹੜਾ ਹਲੇ ਤੱਕ ਵੀ ਸਾਡੇ ਹੋਇਆ ਨਹੀਂ ਕਿ ਲੜਕੀ ਨੂੰ ਅਸੀਂ ਇੰਨਾ ਕੁ ਉਹ ਕਰੀਏ ਕਿ ਜੇਕਰ ਤੂੰ ਸੱਚ ਬੋਲ, ਤੇਰੇ ਨਾਲ ਕੋਈ ਇਹੋ ਜਿਹੀ ਮਾੜੀ ਘਟਨਾ ਨਹੀਂ ਵਾਪਰਨੀ, ਆ ਜੇ ਅਸੀਂ ਹੋਰ ਲੜਕੀਆਂ ਦੀ ਵੀ ਸੋਚਣੀ ਹੈ ਤਾਂ ਤੈਨੂੰ ਆਪਣੀ ਗੱਲ ਹੈ ਸੱਚਾਈ ਦੇ ਨਾਲ ਕਹਿਣੀ ਪੈਣੀ। ਪਰ ਉਹ ਮੈਂਟਲੀ ਤੌਰ 'ਤੇ ਇੰਨਾ ਜ਼ਿਆਦਾ ਟੁੱਟ ਚੁੱਕੀ ਹੁੰਦੀ ਹੈ ਕਿ ਕਈ ਵਾਰ ਸੱਚਾਈ ਸਾਹਮਣੇ ਨਹੀਂ ਆਉਂਦੀ, ਜਿਵੇਂ ਮੈਂ ਗੱਲ ਕੀਤੀ ਹੈ ਕਿ ਆਮ ਤੌਰ 'ਤੇ ਫਿਰ ਉਹ ਇੰਨਾ ਕੁ ਟੁੱਟ ਜਾਂਦੇ ਨੇ ਕਿ ਲੈਣ ਦੇਣ ਕਰਕੇ ਉਹ ਆਪਣਾ ਘਰੇ ਬੈਠ ਜਾਂਦੀਆਂ ਨੇ। ਸੋ ਕਿਤੇ ਨਾ ਕਿਤੇ ਸਿਸਟਮ ਨੂੰ ਓਵਰਆਲ ਸਿਸਟਮ ਦੀ ਓਵਰਹੌਲਿੰਗ ਦੀ ਜ਼ਰੂਰਤ ਹੈ। ਜੁਡੀਸ਼ੀਅਲ ਸਿਸਟਮ ਦੀ ਗੱਲ ਕਰ ਲਈਏ, ਇੰਪਲੀਮੈਂਟ ਕਰਨ ਵਾਲੀਆਂ ਏਜੰਸੀਜ਼, ਪੁਲਿਸ ਔਰ ਜਿਵੇਂ ਸਾਡੇ ਕਮਿਸ਼ਨ ਨੇ, ਮੁੜ ਕੇ ਮੁੜ ਵਿਚਾਰ ਕਰਨ ਦੀ ਲੋੜ ਹੈ। ਜਿੱਥੇ ਜਿੱਥੇ ਕਮੀਆਂ ਨੇ ਥੋੜ੍ਹਾ ਜਿਹਾ ਹੋਰ ਪਾਵਰਫੁਲ ਕਰਨ ਦੀ ਲੋੜ ਹੈ, ਔਰ ਜਿਹੜੀਆਂ ਇਹ ਗਲਤ ਕਿਸਮ ਦੀਆਂ ਇੰਟਰਫੇਰੈਂਸ ਦੀ ਗੱਲ, ਪੋਲੀਟੀਕਲ ਇੰਟਰਫੇਰੈਂਸ ਹੈ ਅਦਰਵਾਈਜ਼, ਉਹ ਚੀਜ਼ਾਂ ਤੋਂ ਵੀ ਥੋੜ੍ਹਾ ਜਿਹਾ ਆਜ਼ਾਦ ਕਰਨ ਦੀ ਲੋੜ ਹੈ। ਥੈਂਕ ਯੂ ਵੈਰੀ ਮੱਚ ਪਾਂਡੇ ਜੀ। ਇਸ ਮੁੱਦੇ 'ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਪੈਸ਼ਲ ਕੋਰਟਸ ਦੀ ਗੱਲ ਕਰਦੇ ਹਾਂ ਕਿ ਲਾਅ ਇਹੋ ਜਿਹਾ ਹੈਗਾ ਜਿਹੜਾ ਖਾਸ ਤੌਰ 'ਤੇ ਲੜਕੀਆਂ ਨੂੰ, ਔਰਤਾਂ ਨੂੰ ਜਦੋਂ ਉੱਥੇ ਅੱਗੇ ਆਉਂਦੀਆਂ ਤਾਂ ਉਹਨੂੰ ਜਸਟਿਸ ਨਹੀਂ ਮਿਲਦਾ ਜਾਂ ਡਿਲੇ ਆਉਂਦੀ ਹੈ ਜਾਂ ਉਹਦੀਆਂ ਪੇਚੀਦਗੀਆਂ ਹੈਗੀਆਂ, ਅਗਰ ਉਹ ਸਿਸਟਮ ਦੇ ਵਿੱਚ ਵੀ ਕਿਤੇ ਨਾ ਕਿਤੇ ਸੁਧਾਰ ਹੋ ਜੇ ਤਾਂ ਲੱਗਦਾ ਹੈ ਕਿ ਇੱਦਾਂ ਦੀਆਂ ਜ਼ਾਤੀਆਂ ਰੁਕ ਸਕਦੀਆਂ। ਸਿੱਧੂ ਸਾਹਿਬ, ਇਹ ਸਮੱਸਿਆ 3 ਪਲੇਨ 'ਤੇ ਟੈਕਲ ਹੋਣੀ ਚਾਹੀਦੀ। ਇੱਕ ਤਾਂ ਸੋਸ਼ਲ ਪਲੇਨ 'ਤੇ, ਓਕੇ, ਜਿੱਦਾਂ ਕਹਿ ਰਹੇ ਸੀ ਸੁਖਦੀਪ ਜੀ ਕਿ ਸਾਨੂੰ ਇਹਨੂੰ ਕ੍ਰਾਈਮ ਸਮਝ ਕੇ ਅੱਗੇ ਆ ਕੇ ਇਹਨੂੰ ਉਜਾਗਰ ਕਰਕੇ ਇਹਨੂੰ ਫਾਈਟ ਕਰਨਾ ਚਾਹੀਦਾ ਜੀ, ਛੁਪਾ ਕੇ ਉਹਨੂੰ ਇਨਕਰੇਜ ਕਰਦੇ ਨੇ, ਸਮਾਜ ਖੜਾ ਹੋ। ਪੋਲੀਟੀਕਲ ਲੈਵਲ 'ਤੇ ਇਹ ਕਾਨੂੰਨ ਇਹੋ ਜਿਹੀ ਬਣੇ, ਉਸ ਲੈਵਲ 'ਤੇ ਮੈਂ ਸਮਝਦਾ ਕਾਨੂੰਨਾਂ ਦੀ ਕਮੀ ਨਹੀਂ ਹੈ। ਪੋਲੀਟੀਸ਼ੀਅਨ ਕਾਨੂੰਨ ਫਟ ਬਣਾ ਦਿੰਦਾ, ਇੰਪਲੀਮੈਂਟ ਨਹੀਂ ਹੋਣ ਦਿੰਦਾ ਉਹਨੂੰ, ਖੁਦ ਹੀ ਪੋਲੀਟੀਸ਼ੀਅਨ। ਤੀਸਰਾ ਹੈ ਐਡਮਿਨਿਸਟ੍ਰੇਟਿਵ ਐਂਡ ਪੁਲਿਸ ਐਂਡ ਕੋਰਟਸ ਲੈਵਲ, ਕੁਇਕ ਇਨਵੈਸਟੀਗੇਸ਼ਨ, ਫਾਸਟ ਟਰੈਕ ਕੋਰਟਸ, ਕੁਇਕ ਔਰ ਠੋਕ ਕੇ ਸਜ਼ਾ। ਔਰ ਫਾਈਨਲੀ ਤੀਨੋਂ ਕਹਨ ਤੋਂ ਬਾਅਦ ਪੁਲਿਸ ਅਫਸਰ, ਜੋ ਮੇਰਾ ਤਜ਼ਰਬਾ ਹੈ, ਜਬ ਤੱਕ ਕੁਇਕ ਸਜ਼ਾ ਨਹੀਂ ਮਿਲੇਗੀ ਡਰ ਨਹੀਂ ਬੈਠੇਗਾ। ਆਪਣੇ IMF ਵਾਲੇ ਚੇਅਰਮੈਨ ਕਾ ਕੇਸ ਸੁਣਾ ਹੋਗਾ, ਜੋ ਅਮੇਰੀਕਾ ਮੇ ਕਿਸੀ ਡੋਮੈਸਟਿਕ ਕਾਮ ਕਰਨੇ ਵਾਲੀ ਕੋ ਰੇਪ ਕਰਕੇ ਭਾਗ ਰਹਾ ਥਾ ਔਰ ਏਅਰਪੋਰਟ ਪੇ ਜਾ ਕੇ ਪੁਲਿਸ ਨੇ ਪਕੜ ਲਿਆ। ਆਪ ਸੋਚੀ, ਅਗਰ IMF ਕਾ ਚੇਅਰਮੈਨ ਇੰਡੀਆ ਮੇ ਕੀ ਹੋਤਾ, ਰੇਪ ਨਹੀਂ ਕਤਲ ਕਰ ਦੀ ਹੋਤਾ, ਕੋਈ ਉਸਕੋ ਹੱਥ ਲਗਾਤਾ? ਕਾਨੂੰਨ ਹੈਜ਼ ਟੂ ਬੀ ਸੋ ਸਟਰੋਂਗ ਕੁਇਕ, ਐਂਡ ਜਬ ਉਸਕੋ ਦਿਖਾ ਕਿ 30 ਸਾਲ ਦੀ ਸਜ਼ਾ ਭੁਗਤਨੀ ਪੜੇਗੀ, ਫਿਰ ਆਊਟ ਆਫ ਕੋਰਟ ਜੋ ਵਹਾਂ ਕਾਨੂੰਨ ਮੇ ਹੈ ਆਊਟ ਆਫ ਕੋਰਟ ਸੈਟਲਮੈਂਟ ਕੀਤਾ। ਫੇਅਰ ਆਫ ਲਾਅ ਹਮਾਰੇ ਯਹਾਂ ਬਿਲਕੁਲ ਨਹੀਂ, ਜ਼ੀਰੋ। ਆਈ ਵੁੱਡ ਪੁੱਟ ਇਟ ਐਜ਼ ਅ ਪੁਲਿਸ ਆਫਿਸਰ, ਇਟ ਇਜ਼ ਜ਼ੀਰੋ। ਪੁਲਿਸ, ਪੋਲੀਟੀਸ਼ੀਅਨ, ਕੋਰਟ ਸਭ ਮਿਲ ਮਿਲਾ ਕੇ ਫਾਈਨਲੀ ਮੇਕ ਇਟ ਜ਼ੀਰੋ, ਐਂਡ ਡਿਪਰੇਟਰਸ ਐਂਡ ਪਰਪੀਟੇਟਰਸ ਗੋਇੰਗ। ਤਾਂ ਦੀ ਜਿਹਦਾ ਸੰਦੀਪ ਨੇ ਕਿਹਾ ਕਿ ਲੋਕ ਅੱਗੇ ਨਹੀਂ ਆਉਂਦੇ ਜਿਹੜਾ, ਕਿ ਉਹ ਕਹਿੰਦੇ ਵੀ ਸਾਨੂੰ ਇਨਸਾਫ ਤਾਂ ਕਿਤੋਂ ਮਿਲਣਾ ਜੀ। ਜੀ, ਇਹ ਬਹੁਤ ਡਿਫੀਡੈਂਟਸ ਹੈ, ਲੋਕ ਜਾ ਕੇ ਵੀ ਕੀ ਲੱਭਣਾ, ਪੈਸੇ ਲੈ ਲਓ ਜੀ, ਕੀ ਲੱਭਣਾ ਉੱਥੇ, ਹੁੰਦਾ ਲੋਕ ਡਰਾਉਂਦੇ ਆ, ਇਹ ਹੁੰਦਾ ਵੀ ਹੈ, ਚਲੋ ਜੀ 10 ਸਾਲ ਫੜੋ, ਲੜੋ ਮੁਕਦਮਾ, ਗਵਾਹ ਬਹਿ ਜਾਏਗਾ, ਇਹ ਹੋਗਾ ਉਹ ਹੋਗਾ, ਉਹਦਾ ਦਿੱਕਤ ਤਾਂ ਪੈਸਾ। ਓਕੇ ਪੰਡਿਤ, ਥੈਂਕ ਯੂ ਵੈਰੀ ਮੱਚ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਔਰਤਾਂ ਨਾਲ ਜ਼ਿਆਦਤੀਆਂ ਦੇ ਮੁੱਦੇ 'ਤੇ ਦੋ ਪੜਾਅ ਵੀ ਚਰਚਾ ਕਰ ਰਹੇ ਹਾਂ। ਪਹਿਲੇ ਪੜਾਅ ਦੀ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਮੈਂ ਬੀਬਾ ਲਾਂਡਰਾ ਜੀ, ਪਾਂਡੇ ਜੀ ਔਰ ਸੁਖਦੀਪ
ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹੈ। ਇਸ ਤਰ੍ਹਾਂ ਦੇ ਕਈ ਨਾਜ਼ੁਕ ਅਤੇ ਅਹਿਮ ਮੁੱਦਿਆਂ 'ਤੇ ਅਸੀਂ ਦੂਜੇ ਪੜਾਅ 'ਚ ਲਵਾਂਗੇ। ਤੁਸੀਂ ਦੂਜੇ ਪੜਾਅ ਦੀ ਚਰਚਾ ਵੀ ਜ਼ਰੂਰ ਦੇਖਣਾ।